ਸਤਿ ਸ਼੍ਰੀ ਅਕਾਲ, ਮੈਂ ਹਾਂ ਸ਼ਮਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਸੀ ਸੀ ਐਨ ਆਵਾਜ਼। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ 'ਤੇ। ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦਾ 66 ਸਾਲਾ ਨੌਜਵਾਨ ਬਾਬਾ ਆਪਣੇ ਘੋੜੇ ਬਰਾਬਰ ਲਾਉਂਦਾ ਹੈ ਦੌੜ, ਕੌਮੀ ਪੱਧਰ 'ਤੇ ਜਿੱਤ ਚੁੱਕਿਆ ਹੈ ਕਈ ਇਨਾਮ। ਸ਼੍ਰੀਨਗਰ ਵਿੱਚ ਡਿਊਟੀ ਦੌਰਾਨ ਮੌੜ ਚੜ੍ਹਨ ਸਿੰਘ ਵਾਸੀ ਫੌਜੀ ਜਵਾਨ ਦੀ ਗੋਲੀਆਂ ਲੱਗਣ ਕਾਰਨ ਭੇਤ ਭਰੀ ਹਾਲਤ ਵਿੱਚ ਮੌਤ। ਬਠਿੰਡਾ ਦੀ ਝੀਲ 'ਚੋਂ ਇੱਕ ਹੋਰ ਔਰਤ ਦੀ ਮਿਲੀ ਲਾਸ਼ ਅਤੇ ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਵਿਦਿਆਰਥੀਆਂ ਦੀਆਂ ਗਈਆਂ ਜਾਨਾਂ। ਅਤੇ ਹੁਣ ਵੱਧਦੇ ਹਾਂ ਵਿਸਥਾਰ ਵੱਲ। 66 ਸਾਲਾ ਇੱਕ ਸਰਦਾਰ ਨੌਜਵਾਨ ਬਾਬਾ ਆਪਣੇ ਘੋੜੇ ਦੇ ਬਰਾਬਰ ਰੇਸ ਲਾਉਂਦਾ ਹੈ। ਕੌਮੀ ਪੱਧਰ ਦੀਆਂ ਦੌੜਾਂ ਵਿੱਚ ਇਹ ਨੌਜਵਾਨ ਬਾਬਾ ਕਈ ਇਨਾਮ ਵੀ ਜਿੱਤ ਚੁੱਕਿਆ ਹੈ। ਜਿਸ ਉਮਰ ਵਿੱਚ ਆਮ ਲੋਕ ਗੋਡਿਆਂ ਦੇ ਜੋੜਾਂ ਦੇ ਰੋਗਾਂ ਤੱਕ ਦਾ ਸ਼ਿਕਾਰ ਹੋ ਕੇ ਸੋਟੀ ਆਸਰੇ ਚੱਲਦੇ ਹਨ, ਉਸ ਉਮਰ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਝਿਉਰਾ ਦਾ ਰਹਿਣ ਵਾਲਾ 66 ਸਾਲਾ ਬਲਵੰਤ ਸਿੰਘ ਦੌੜਾਕ ਰੋਜ਼ਾਨਾ ਆਪਣੇ ਘੋੜੇ ਨਾਲ 3 ਘੰਟੇ ਭੱਜਦਾ ਹੈ। ਆਪਣੇ ਇੱਕ ਹੱਥ ਤੋਂ ਅੰਗਹੀਣ ਹੋਣ ਦੇ ਬਾਵਜੂਦ ਵੀ ਬਲਵੰਤ ਸਿੰਘ ਆਪਣੇ ਬਲ ਭਾਵ ਜ਼ੋਰ ਦੇ ਸਿਰ 'ਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਅਨੇਕਾਂ ਮੈਡਲ ਟਰਾਫੀਆਂ ਜਿੱਤ ਚੁੱਕਾ ਹੈ। ਉਸ ਨੂੰ ਬਹੁਤ ਸਾਰੇ ਇਨਾਮ ਵੀ ਮਿਲੇ ਹਨ। ਹੈਰਾਨੀ ਦੀ ਗੱਲ ਹੈ ਕਿ ਸੈਂਕੜੇ ਦੌੜ ਮੁਕਾਬਲੇ ਜਿੱਤਣ ਵਾਲਾ ਬਲਵੰਤ ਸਿੰਘ ਕੁਹਾੜੇ ਨਾਲ ਲੱਕੜਾਂ ਵੱਢ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਅਜੇ ਤੱਕ ਉਸ ਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ। ਇਹ ਜੀ ਬਚਪਨ ਤੋਂ ਹੀ ਅਸੀਂ ਕਬੱਡੀ ਖੇਡਦੇ ਰਹੇ, ਮਾੜੀ ਮੋਟੀ ਕਬੱਡੀ ਖੇਡਣੀ ਅਤੇ ਉਦੋਂ ਸਾਨੂੰ ਦਿੰਦੇ ਕਿ ਰੁਪਈਆ ਜਾਂ ਧੇਲੀ ਦਿੰਦੇ ਸੀ, ਜਾਂ ਵੱਧ ਤੋਂ ਵੱਧ 2 ਰੁਪਈਏ। ਇਹ 15-20 ਸਾਲ ਖੇਡੀ ਹੈ, ਦੌੜ ਦਾ ਪ੍ਰੋਗਰਾਮ ਹੈ ਡਿਆ ਪਿਆ ਕਰਨ। ਮੈਂ ਇਹਨਾਂ ਬੱਚਿਆਂ ਨੂੰ ਵੀ ਆਉਂਦਾ, ਪਿੰਡ ਦੇ ਬੱਚਿਆਂ ਨੂੰ ਆਉਂਦਾ, ਉਹ ਲਿਖ ਪੜ੍ਹ ਲਿਖ ਕੇ ਅਤੇ ਮਿਹਨਤ ਕਰੋ, ਮਿਹਨਤ ਲਾਓ, ਪੂਰੀ ਰੱਜ ਕੇ ਲਾਓ। ਖੁਰਾਕ ਜੀ ਸਮਝ ਲਓ ਵੀ ਘੋੜਿਆ ਹੀ ਖੁਰਾਕ ਹੀ ਮੈਂ ਖਾਂਦਾ ਜੀ। ਘੋੜੇ ਵੀ ਛੋਲੇ ਚੱਪਦਾ ਅਤੇ ਮੈਂ ਵੀ ਛੋਲੇ ਹੀ ਚੱਪਦਾ ਜੀ। ਪਾਈਆ ਡੇਢ ਪਾਈਆ ਘਿਓ ਮੈਂ ਦੂਜੇ ਦਿਨ ਰਗੜ ਜਾਂਦਾ ਹਾਲੇ, ਭਾਵੇਂ ਰੋਜ਼ ਮਿਲ ਜਾਏ ਡੇਢ ਪਾਈਆ ਮੈਨੂੰ, ਮੈਂ ਨਹੀਂ ਪਛਾਣ ਹਟਦਾ ਵੇ, ਖਾਣ ਤੋਂ ਨਹੀਂ ਹਟਦਾ ਵਜਾ। ਅਤੇ ਨਸ਼ਾ ਨਹੀਂ ਮੈਂ ਅੱਜ ਤੱਕ ਕੀਤਾ, ਅੱਜ ਤੱਕ ਮੈਂ ਨਸ਼ੇ ਨੂੰ ਹੱਥ ਨਹੀਂ, ਹੱਥ ਜ਼ਰੂਰ ਲਾਇਆ ਪਰ ਲੇਕਿਨ ਅੰਦਰ ਨਹੀਂ ਲੰਘਾਇਆ ਨਸ਼ਾ। ਪਾਈਆ ਸੀ ਤਾਂ ਮੈਂ ਸ਼ਰਾਬ ਨਹੀਂ ਪੀਤੀ, ਕੋਈ ਐਬ ਨਹੀਂ ਕੀਤਾ, ਇਤਨੇ ਸੁੱਕੇ ਹੀ ਵੇਲਾ ਚਾਹ ਸੀ ਤਾਂ ਮੈਨੂੰ ਐਬਾ ਨਹੀਂ। ਚਾਹ ਨੂੰ ਮੈਨੂੰ ਘਰ ਤੋਂ ਕਹਿੰਦੇ 30-35 ਸਾਲ ਹੋ ਗਿਆ ਚਾਹ ਦੇ ਲਾਗੇ ਨਹੀਂ ਗਿਆ, ਪਹਿਲਾਂ ਵੀ ਮੈਂ ਥੋੜ੍ਹੀ ਪੀਂਦਾ ਰਿਹਾ, ਹੁਣ ਬਿਲਕੁਲ ਹੀ ਨਹੀਂ ਪੀਂਦਾ 30-35 ਸਾਲ ਤੋਂ। ਇਹ 66 ਸਾਲਾ ਦੌੜਾਕ ਬਲਵੰਤ ਸਿੰਘ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਭੱਜਣ ਦਾ ਸ਼ੌਂਕ ਸੀ ਅਤੇ 18 ਸਾਲ ਦੀ ਉਮਰ ਵਿੱਚ ਹੀ ਉਸਨੇ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ। ਉਸ ਕੋਲ ਦੌੜ ਮੁਕਾਬਲੇ ਵਿੱਚ ਜਿੱਤੇ 100 ਦੇ ਕਰੀਬ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਹਨ। ਬਲਵੰਤ ਸਿੰਘ BSF ਵੱਲੋਂ ਕਰਵਾਈ 60 ਸਾਲਾ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਕੇ 5100 ਰੁਪਏ ਦਾ ਇਨਾਮ ਵੀ ਜਿੱਤ ਚੁੱਕਿਆ ਹੈ। ਉਹ ਮੁੰਬਈ, ਦਿੱਲੀ, ਲਖਨਊ, ਇਲਾਹਾਬਾਦ ਤੋਂ ਇਲਾਵਾ ਅਨੇਕਾਂ ਸੂਬਿਆਂ ਦੇ ਦੌੜ ਮੁਕਾਬਲਿਆਂ ਵਿੱਚ ਆਪਣੇ ਕਰਤੱਵ ਦਿਖਾ ਚੁੱਕਾ ਹੈ। ਬਲਵੰਤ ਸਿੰਘ ਦੀ ਪ੍ਰੇਰਣਾ ਅਤੇ ਸਿਖਲਾਈ ਕਾਰਨ ਪਿੰਡ ਦੇ 25 ਦੇ ਕਰੀਬ ਦੌੜ ਵਿੱਚ ਚੰਗੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਵਿੱਚ 18 ਤੋਂ 20 ਫੌਜ ਵਿੱਚ ਭਰਤੀ ਹੋ ਚੁੱਕੇ ਹਨ। ਉਸ ਦੇ ਦੋਸਤਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 66 ਸਾਲ ਦੀ ਉਮਰ ਵਿੱਚ ਵੀ ਬਲਵੰਤ ਸਿੰਘ ਨਾ ਕੇਵਲ ਪਿੰਡ ਤਲਵੰਡੀ ਝਿਉਰ ਦਾ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਹੈ, ਇਸ ਲਈ ਉਸ ਨੂੰ ਯੋਗ ਮਾਲੀ ਮਦਦ ਦਿੱਤੀ ਜਾਵੇ। ਬਚਪਨ ਤੋਂ ਹੀ ਇਹ ਆਪਣਾ ਸ਼ਿਕਾਰ ਖੇਡਦੇ ਹੁੰਦੇ ਹਨ ਅਤੇ ਇਹ ਆਪਣਾ ਖਰਗੋਸ਼ ਤਾਂ ਕੋਈ ਨਾਲ, ਖਰਗੋਸ਼ ਦੇ ਨਾਲ ਭੱਜਦਾ ਰਿਹਾ ਆਪਣੇ ਕੁੱਤਿਆਂ ਦੇ ਨਾਲ ਬਰਾਬਰ ਜਾ ਕੇ, ਇੰਨੀ ਦੌੜ ਇਹਦੀ ਆਪਣੀ ਹੁੰਦੀ, ਬਹੁਤ ਜ਼ਿਆਦਾ ਦੌੜ ਇਹ, ਸ਼ੁਰੂ ਤੋਂ ਨਿਪੜਤਾ ਕਰਕੇ ਨਾ ਇਹ ਕਿਸੇ ਪਾਸੇ ਨਹੀਂ ਲੱਗ ਸਕੇ। ਸਰਕਾਰਾਂ ਵੱਲੋਂ ਜੀ ਕੋਈ ਸਹੂਲਤ ਨਹੀਂ, ਕੋਈ ਨਹੀਂ, ਆਪਣੇ ਕੋਲੋਂ ਕਿਰਾਇਆ ਖਰਚ ਕੇ ਜਰਾ ਅਤੇ ਮਿਹਨਤ ਕਰਕੇ ਕੁਹਾੜਾ ਬੰਦਾ ਜੋ ਸਾਡੀ ਦਿਹਾੜੀ, ਅਤੇ ਮਿਹਨਤ ਕਰਕੇ ਅਤੇ ਆਪਣਾ ਇਹ ਬੱਚੇ ਪਾਲਣ ਡਿਆ ਜੀ। ਕੀ ਕਹਿਣਾ ਚਾਹੁੰਦੇ ਇਹਨਾਂ ਸਰਕਾਰ? ਇਹਨਾਂ ਨੂੰ ਸਰਕਾਰਾਂ ਦਾ ਇਹਨਾਂ ਦੀ ਬਾਂਹ ਫੜਨ, ਥੋੜ੍ਹੀ ਬਹੁਤਾ ਇਹਨਾਂ ਨੂੰ ਸਹੂਲਤ ਕੋਈ ਨਾ ਕੋਈ ਦਿੱਤੀ ਜਾਏ ਜੀ। ਇਲਾਹਾਬਾਦ ਤੱਕ, ਲਖਨਊ, ਬੰਬੇ, ਸਾਰੇ ਚੰਡੀਗੜ੍ਹ, ਦਿੱਲੀ,
ਮਸਤੂਆਂ ਨੇ ਇਹ ਸਾਰੇ ਆਪਣਾ ਨਾ ਅੰਮ੍ਰਿਤਸਰ ਇਹ ਸਾਰੇ ਇਲਾਕੇ 'ਚ ਤਕਰੀਬਨ ਇਹਨੂੰ ਵਜਾ ਲੈਂਦਾ ਅਤੇ ਫਸਟ ਆਉਂਦਾ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਰਿਪੋਰਟ। ਬਠਿੰਡਾ ਜ਼ਿਲ੍ਹੇ ਦੇ ਇੱਕ ਫੌਜੀ ਜਵਾਨ ਦੀ ਸ਼੍ਰੀਨਗਰ ਵਿੱਚ ਗੋਲੀ ਲੱਗਣ ਕਾਰਨ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਫੌਜੀ ਦੀ ਲਾਸ਼ ਲੈ ਕੇ ਆਏ ਫੌਜ ਦੇ ਅਫਸਰਾਂ ਨੇ ਕਿਹਾ ਕਿ ਉਹਨਾਂ ਨੂੰ ਮੌਤ ਦੇ ਕਾਰਨਾਂ ਦਾ ਪਤਾ ਨਹੀਂ। ਮੌੜ ਮੰਡੀ ਨਜ਼ਦੀਕ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਦੇ ਫੌਜੀ ਸੰਦੀਪ ਸਿੰਘ ਦੀ ਸ਼੍ਰੀਨਗਰ ਵਿੱਚ ਗੋਲੀਆਂ ਲੱਗਣ ਕਾਰਨ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗਰੀਬ ਮਾਪਿਆਂ ਦੀ ਇਕਲੌਤੀ ਔਲਾਦ ਸੀ। ਪਿੰਡ ਵਾਸੀਆਂ ਅਤੇ ਪਰਿਵਾਰ ਵਾਲਿਆਂ ਦਾ ਰੋਸ ਹੈ ਕਿ ਫੌਜ ਵਾਲੇ ਉਸ ਦੀ ਮੌਤ ਦਾ ਅਸਲ ਕਾਰਨ ਨਹੀਂ ਦੱਸ ਰਹੇ। ਉਹਨਾਂ ਕਿਹਾ ਕਿ ਇੱਕ ਮਜ਼ਦੂਰ ਦਾ ਬੇਟਾ ਹੋਣ ਕਾਰਨ ਸੰਦੀਪ ਸਿੰਘ ਦੇ ਅੰਤਿਮ ਸੰਸਕਾਰ 'ਤੇ ਕੋਈ ਸਰਕਾਰੀ ਸਨਮਾਨ ਨਹੀਂ ਦਿੱਤਾ ਗਿਆ। ਸੰਦੀਪ ਸਿੰਘ ਦੀ ਲਾਸ਼ ਲੈ ਕੇ ਆਏ ਨਾਇਬ ਸੂਬੇਦਾਰ ਨਵਜੀਤ ਦਾ ਕਹਿਣਾ ਕਿ ਫੌਜੀ ਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਉਸ ਨੂੰ ਕੁਝ ਨਹੀਂ ਪਤਾ। ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਸਦਾ ਇਹ ਇਕਲੌਤਾ ਪੁੱਤਰ ਸੀ, 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਗਿਆ ਸੀ। ਉਹ ਬਹੁਤ ਖੁਸ਼ੀ ਖੁਸ਼ੀ ਰਵਾਨਾ ਹੋਇਆ ਸੀ, ਪਰ ਹੁਣ ਫੌਜ ਵਾਲੇ ਉਸ ਦੀ ਮੌਤ ਦਾ ਅਸਲੀ ਕਾਰਨ ਵੀ ਨਹੀਂ ਦੱਸ ਰਹੇ। ਮ੍ਰਿਤਕ ਜਵਾਨ ਦੇ ਪਿੰਡ ਵਿੱਚ ਮਾਤਮ ਛਾ ਗਿਆ। ਡਿਊਟੀ ਹੁਣ ਇਹ ਪੋਸਟਿੰਗ ਜਾ ਰਹੀ ਸੀ ਸ਼੍ਰੀਨਗਰ। ਅਤੇ ਇਹ ਕਾਰਨ ਕੀ ਹੋਇਆ ਜੀ? ਇਹਦੇ ਕਾਰਨ ਬਾਰੇ ਨਹੀਂ ਸਾਨੂੰ ਕੁਛ ਪਤਾ ਹੈਗਾ ਹਲੇ। ਅਤੇ ਤੁਹਾਨੂੰ ਪਤਾ ਸਾਨੂੰ ਐਕਚੁਲੀ ਜਿਹੜੀ ਜੋ ਪੋਸਟਿੰਗ ਜਾ ਰਿਹਾ ਸੀ, ਅਸੀਂ ਉੱਥੋਂ ਆਇਆ, ਸਾਨੂੰ ਮੈਸੇਜ ਮਿਲਿਆ ਸੀ ਕੱਲ੍ਹ ਵੀ ਇਸ ਤਰ੍ਹਾਂ ਕਰਕੇ ਤੁਹਾਡੇ ਜਵਾਨ ਦੀ ਡੈਥ ਹੋ ਗਈ ਹੈ ਅਤੇ ਤੁਸੀਂ ਉਹਨੂੰ ਸਿਵਲ ਹੋਸਪਿਟਲ ਦੇ ਵਿੱਚੋਂ ਲੈ ਕੇ ਡੈਡ ਬੋਡੀ ਘਰ ਜਾਣਾ। ਕੀ ਨਾਮ ਸੀ ਉਹਦੇ? ਇਹਦਾ DMT ਸੰਦੀਪ ਸਿੰਘ। ਸੰਦੀਪ ਸਿੰਘ ਜੀ। ਅੱਛਾ, ਕਿੱਥੇ ਲੱਗਿਆ ਹੋਇਆ ਸੀ ਪੋਸਟਿੰਗ ਇਹਦੀ ਜੀ? ਇਹਦੀ ਜੀ ਹੁਣ ਜੰਮੂ ਦੀ ਬਦਲੀ ਹੋਈ ਸੀ ਉਧਰੋਂ ਲੇਹ 'ਚੋਂ। ਅੱਛਾ, ਹਾਂਜੀ। ਅਤੇ ਕਦੋਂ ਛੁੱਟੀ ਕੱਟ ਕੇ ਗਿਆ ਸੀ ਜੀ? ਪਰਸੋਂ 4th ਗਿਆ ਜੀ। ਅੱਛਾ ਜੀ। ਹਾਂ, ਇਹ ਕੀ ਭਾਣਾ ਹੋਇਆ ਜੀ? ਬਸ ਕੋਈ ਪਤਾ ਨਹੀਂ ਜੀ, ਇੱਥੋਂ ਚੰਗਾ ਭਲਾ ਗੱਡੀ 'ਤੇ ਛੱਡ ਕੇ ਆਏ ਅਸੀਂ, ਗੱਡੀ ਲੈ ਕੇ 2 ਜਣੇ ਨਾਲ ਗਏ ਹਾਂ, ਗੱਡੀ 'ਤੇ ਚੜ੍ਹਾ ਕੇ ਆਏ ਹਾਂ। ਕਿਹੜੀ ਜਾਂਦੀ ਉਹ ਜੰਮੂ ਨੂੰ? ਬਸ ਕੋਈ ਪਤਾ ਨਹੀਂ, ਹੱਸਦੇ ਖੇਡਦੇ ਗਏ ਹਾਂ ਇੱਥੋਂ। ਵਧੀਆ। ਮੌੜ ਮੰਡੀ ਤੋਂ ਅਵਿਨਾਸ਼ ਦੀ ਰਿਪੋਰਟ। ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦੀ 3 ਨੰਬਰ ਝੀਲ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਦੀ ਪਹਿਚਾਣ ਨਾ ਹੋਣ ਕਾਰਨ ਮ੍ਰਿਤਕ ਔਰਤ ਦੇ ਵਾਰਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਦੀ ਝੀਲ ਵਿੱਚ ਇੱਕ ਲਾਸ਼ ਤਰਦੀ ਹੋਈ ਦੀ ਸੂਚਨਾ ਮਿਲਣ 'ਤੇ ਸਮਾਜ ਸੇਵੀ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਔਰਤ ਦੀ ਉਮਰ 55 ਸਾਲ ਦੇ ਕਰੀਬ ਜਾਪਦੀ ਹੈ। ਸੂਚਨਾ ਮਿਲਣ 'ਤੇ ਥਾਣਾ ਥਰਮਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸ਼ਹੀਦ ਭਾਈ ਮਣੀ ਸਿੰਘ ਹਸਪਤਾਲ ਰੱਖਿਆ ਗਿਆ, ਜਿੱਥੇ ਉਸਦੇ ਪਰਿਵਾਰ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇੱਕ ਹਫ਼ਤੇ ਵਿੱਚ ਹੀ ਇਸ ਝੀਲ 'ਚ ਡੁੱਬਣ ਕਾਰਨ 3 ਮੌਤਾਂ ਹੋ ਚੁੱਕੀਆਂ ਹਨ। ਇਹ ਥਰਮਲ ਦੀ ਝੀਲ ਨੰਬਰ 3 ਦੇ ਵਿੱਚ ਅੱਜ ਸਵੇਰੇ NDRF ਦੇ ਜਵਾਨਾਂ ਨੇ ਸਪੋਰਟ ਕੀਤੀ ਸੀ ਅਤੇ ਦੇਖਣ ਤੋਂ 45 ਤੋਂ 50 ਸਾਲ ਦੀ ਲੜੀ ਲੱਗਦੀ ਹੈ। ਬਾਕੀ ਪੋਸਟਮਾਰਟਮ ਕਰਾਏ ਅਤੇ ਰੀਜ਼ਨ ਪਤਾ ਲੱਗੂ ਅਸਲ ਕੀ ਹੈ ਅਤੇ ਅਜੇ ਕੁਛ ਨਹੀਂ, ਸੁਸਾਈਡ ਨੋਟ ਵਗੈਰਾ ਕੁਛ ਨਹੀਂ ਮਿਲਿਆ ਹੈ ਅਜੇ। ਬੇਸਿਕਲੀ ਲੇਡੀ ਦੀ ਆਈਡੈਂਟੀਫਿਕੇਸ਼ਨ ਵੀ ਨਹੀਂ ਹੋਈ, ਉਹਦੇ ਵਾਸਤੇ ਅਸੀਂ ਉਪਰਾਲੇ ਕਰ ਰਹੇ ਹਾਂ। ਫਰਦਰ ਜਿਹੋ ਜਿਹੀ ਸੂਚਨਾ ਮਿਲੂਗੀ ਉਹੋ ਜਿਹੀ ਕਾਰਵਾਈ ਅਸੀਂ ਕਰਾਂਗੇ। ਨਹੀਂ, ਮੌਕੇ ਤੋਂ ਕੁਛ ਨਹੀਂ ਮਿਲਿਆ। ਕੋਈ ਦਰਮਿਆਨੀ ਲੇਬਰ ਕਲਾਸ ਦੀ ਲੇਡੀ ਲੱਗਦੀ ਹੈ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ। ਪੰਜਾਬ ਵਿੱਚ ਨਿਤ ਦਿਨ ਭਿਆਨਕ ਸੜਕ ਹਾਦਸੇ ਕੀਮਤੀ ਜਾਨਾਂ ਨੂੰ ਨਿਗਲ ਰਹੇ ਹਨ। ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਹੋਏ ਇੱਕ ਦਰਦਨਾਕ ਹਾਦਸੇ ਵਿੱਚ 3 ਨੌਜਵਾਨ ਵਿਦਿਆਰਥੀਆਂ ਦੀਆਂ ਜਾਨਾਂ ਚਲੀਆਂ ਗਈਆਂ। ਇਹਨਾਂ ਵਿੱਚ ਇੱਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼੍ਰੀ ਮੁਕਤਸਰ ਸਾਹਿਬ ਨਜ਼ਦੀਕ ਪਿੰਡ ਭਲਾਈਆਣਾ ਕੋਲ ਇੱਕ ਤੇਜ਼ ਰਫ਼ਤਾਰ ਕਰੂਜ਼ ਕਾਰ ਤੇਲ ਵਾਲੇ ਟੈਂਕਰ ਹੇਠ ਵੜ ਗਈ।
ਪਿੰਡ ਵਾਸੀਆਂ ਨੇ ਟਰੈਕਟਰ ਦੀ ਮਦਦ ਨਾਲ ਕਾਰ ਬਾਹਰ ਕੱਢਣ ਦੇ ਯਤਨ ਕੀਤੇ ਪਰ ਸਫਲ ਨਾ ਹੋਏ। ਆਖਰ JCB ਮਸ਼ੀਨ ਨੇ ਕਾਫੀ ਜੱਦੋਜਹਿਦ ਬਾਅਦ ਹਾਦਸਾ ਗ੍ਰਸਤ ਕਾਰ ਨੂੰ ਤੇਲ ਟੈਂਕਰ ਦੇ ਹੇਠੋਂ ਕੱਢਿਆ। ਟੈਂਕਰ ਵਿੱਚ ਜਵਾਲਨਸ਼ੀਲ ਤੇਲ ਭਰੇ ਹੋਣ ਕਾਰਨ ਅੱਗ ਲੱਗਣ ਦਾ ਡਰ ਪੈਦਾ ਹੋ ਗਿਆ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਗੱਡੀ ਵੀ ਭੇਜੀ ਗਈ। ਜਾਣਕਾਰੀ ਅਨੁਸਾਰ ਜੈਤੋ ਵਾਸੀ ਜਸ਼ਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜਾ ਵਿਦਿਆਰਥੀ ਮਨਪ੍ਰੀਤ ਸਿੰਘ ਵਾਸੀ ਚੈਨਾ ਨੂੰ ਜਦੋਂ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਬਦਨਸੀਬ ਤਿੰਨੋਂ ਦੋਸਤ ਇਕੱਠੇ ਪੜ੍ਹਦੇ ਸਨ ਅਤੇ ਮਨਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਸੀਂ ਅੱਜ ਉਹਦੇ ਰੁਝੇਵਿਆਂ ਦੇ ਕਰਕੇ ਮੁਕਤਸਰ ਗਏ ਸੀ, ਜਦੋਂ ਅਸੀਂ ਆ ਰਹੇ ਸੀਗੇ ਤਾਂ ਉਦੋਂ ਨੂੰ ਇੱਥੇ ਐਕਸੀਡੈਂਟ ਹੋਇਆ ਪਿਆ ਸੀਗਾ ਅਤੇ 50-60 ਬੰਦੇ ਇਕੱਠੇ ਵੀ ਹੋ ਗਏ ਸੀਗੇ। ਇੱਕ ਕਾਲੀ ਰੰਗ ਦੀ ਕਾਰ ਹੈ ਜਿਹੜੀ ਉਹ HP ਦਾ ਹਿੰਦੁਸਤਾਨ ਪੈਟਰੋਲੀਅਮ ਟੈਂਕ ਜੋ ਬਠਿੰਡੇ ਵੱਲੋਂ ਆ ਰਿਹਾ ਸੀਗਾ ਉਹਦੇ ਨਾਲ ਕਿਤੇ ਕਾਰ ਦਾ ਐਕਸੀਡੈਂਟ ਹੋ ਗਿਆ। ਇਹਦੇ ਵਿੱਚ 3 ਨੌਜਵਾਨ ਸਵਾਰ ਸੀ ਜਿਨ੍ਹਾਂ ਦਾ ਸਾਨੂੰ ਇੱਕ ਪਤਾ ਲੱਗਿਆ ਵੀ ਜੈਤੋ ਏਰੀਏ ਦੇ ਹੈਗੇ, ਇਹ 2 ਜੈਤੋ ਦੇ ਦੱਸੇ ਜਾਂਦੇ, ਇੱਕ ਚੈਣੇ ਪਿੰਡ ਦਾ, ਪੱਕੀ ਉਹਨਾਂ ਦੀ ਪਛਾਣ ਨਹੀਂ ਹੋਈ। ਇੱਕ ਜੋ ਅੰਮ੍ਰਿਤਧਾਰੀ ਮੁੰਡਾ ਉਹਦਾ ਨਾਮ ਮਨਪ੍ਰੀਤ ਪਤਾ ਲੱਗਿਆ ਚੈਣੇ ਦਾ, ਉਹ 3 ਦੀ ਮੌਤ ਹੋ ਚੁੱਕੀ। ਤੇਲ ਵਾਲੇ ਟਕੈਂਟਰ ਜੀ ਇੱਧਰੋਂ ਬਠਿੰਡੇ ਵੱਲੋਂ ਮੁਕਤਸਰ ਨੂੰ ਜਾ ਰਿਹਾ ਸੀਗਾ, ਅੱਗੋਂ ਆਉਂਦੀ ਹੋਈ ਗੱਡੀ ਸੀ ਉੱਧਰੋਂ ਕਾਰ, ਇਹਦੇ ਵਿੱਚ 3 ਸਵਾਰ ਸੀਗੇ, 3 ਦੀ ਮੌਤ ਹੋ ਗਈ। ਅਸੀਂ ਡੈੱਡ ਬੋਡੀਆਂ ਕੱਢ ਕੇ ਸਿਵਲ ਹਸਪਤਾਲ ਭੇਜਤੀਆਂ ਦੇ ਪੜਤਾਲ ਕਰ ਰਹੇ ਹਾਂ। ਢਿੱਲੋਂ ਸਾਹਿਬ, ਇੱਥੇ ਤੁਸੀਂ ਫਾਇਰ ਗ੍ਰੇਡ ਦੀ ਗੱਡੀ ਆਈ, ਕੀ ਕਾਰਨ ਆ ਤੁਸੀਂ ਇੱਥੇ ਗੱਡੀ ਪਹੁੰਚੀ? ਸਾਨੂੰ ਗਿੱਦੜਵਾ ਫਾਇਰ ਗ੍ਰੇਡ ਉੱਤੇ ਆਪਣਾ ਫੋਨ ਗਿਆ ਸੀਗਾ ਵੀ ਉੱਥੇ ਐਕਸੀਡੈਂਟ ਹੋ ਗਿਆ ਮੋਟਰ ਆਪਣਾ ਸਿੰਘ ਦੇ ਕੋਲੇ, ਅਤੇ ਜੋ ਗੱਡੀ ਆਪਣਾ ਟਰੱਕ ਤੇਲ ਦਾ ਭਰਿਆ ਅਤੇ ਜਿਹੜਾ ਕਾਰ ਨਾਲ ਐਕਸੀਡੈਂਟ ਹੋ ਗਿਆ ਅਤੇ ਜਿਹਦੇ ਕਰਕੇ ਵੀ ਗੱਡੀ ਨੂੰ ਅੱਗ ਨਾ ਲੱਗ ਜਾਵੇ ਤਾਂ ਸਾਨੂੰ ਬੁਲਾਇਆ ਗਿਆ ਗਿੱਦੜਵਾ ਤੋਂ ਜੀ। ਇਹ ਗੱਡੀ ਮੁਕਤਸਰ ਸਾਹਿਬ ਤੋਂ ਆਈ ਹੈ ਜੀ ਅਤੇ ਅਸੀਂ ਅੱਗ ਲੱਗਣ ਕਰਕੇ ਅਸੀਂ ਆਪਣਾ ਸਟੈਂਡਬਾਈ ਖੜ੍ਹੇ ਹਾਂ ਜੀ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਡੱਲਾ ਦੀ ਰਿਪੋਰਟ। ਪੰਜਾਬ ਵਿੱਚ ਹਰ ਰੋਜ਼ ਸਮੂਹਿਕ ਜਬਰ ਜਨਾਹ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਵਿੱਚ ਇੱਕ ਲੜਕੀ ਨਾਲ ਗੈਂਗਰੇਪ ਦੇ ਸਾਰੇ ਦੋਸ਼ੀ ਅਜੇ ਫੜੇ ਵੀ ਨਹੀਂ ਗਏ ਸਨ ਕਿ ਜਲੰਧਰ ਨਜ਼ਦੀਕ ਇੱਕ ਹੋਰ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਹੋਈ ਹੈ। ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਫਿਲੌਰ ਇਲਾਕੇ ਦੇ ਗੜ੍ਹਾ ਪਿੰਡ ਵਿੱਚ ਇੱਕ ਨਾਬਾਲਗ ਨੇਪਾਲੀ ਲੜਕੀ ਨਾਲ ਕੁਝ ਨੌਜਵਾਨਾਂ ਨੇ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਨੇ 4 ਦੋਸ਼ੀਆਂ ਵਿੱਚੋਂ 3 ਨੂੰ ਕਾਬੂ ਕਰ ਲਿਆ। ਬੀਤੀ ਦੇਰ ਸ਼ਾਮ ਲੜਕੀ ਵਾਲੇ ਇੱਕ ਮਿੱਤਰ ਨਾਲ ਘੁੰਮਣ ਫਿਰਨ ਗਈ ਤਾਂ ਉੱਥੇ ਮੌਜੂਦ 4 ਵਿਅਕਤੀਆਂ ਨੇ ਮਿੱਤਰ ਨੂੰ ਬੰਨ੍ਹ ਦਿੱਤਾ ਅਤੇ ਨੇਪਾਲੀ ਲੜਕੀ ਨੂੰ ਜਬਰੀ ਜ਼ਖੀਰੇ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਸਮੂਹ ਜਬਰ ਜਨਾਹ ਕੀਤਾ। ਜਦੋਂ ਲੜਕੀ ਦੇ ਵਾਰਸ ਪੁੱਜੇ ਤਾਂ ਲੜਕੀ ਨੀਂਵ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ। ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਲੱਤ 'ਤੇ ਸੱਟ ਲੱਗ ਗਈ। ਲੜਕੀ ਨੂੰ ਇਲਾਜ ਲਈ ਮੈਡੀਕਲ ਰਿਪੋਰਟ ਲਈ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ 4 ਦੋਸ਼ੀਆਂ ਵਿੱਚੋਂ 3 ਨੂੰ ਕਾਬੂ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ 10 ਵਜੇ ਖਾਣਾ ਖਾਣ ਲੱਗੇ ਸੀ ਦੁਕਾਨ 'ਤੇ, ਆਪਣੀ ਦੁਕਾਨ 'ਤੇ, ਅਤੇ ਭੱਜਾ ਇਹ ਪਿੱਛੇ ਹੱਥ ਬੰਨੇ ਹੋਏ ਸੀ। ਕਹਿੰਦਾ ਕੌਣ ਜਿਹੜਾ ਬਈਆ ਕੀ ਨਾਂ ਤੈਨੂੰ ਪਤਾ? ਰਾਜੀਵ। ਅੱਛਾ। ਅਤੇ ਕਹਿੰਦਾ ਮੀਕਾ ਭਾਅ ਜੀ, ਕਹਿੰਦਾ ਸਾਰੇ ਜਾਣਦੇ ਉੱਥੇ ਬਈਏ ਨੇ ਆਪਾਂ ਲੱਗ ਸਕੇ, ਅਤੇ ਕਹਿੰਦਾ ਕੁੜੀ ਜਿਹੜੀ ਨਾਲ ਕੀ ਪਾਣੀ ਉਹਦਾ ਨਾਂ ਆ, ਕਹਿੰਦਾ ਅਸੀਂ ਘੁੰਮਣ ਪੈਣ ਡਿਆ ਸੀਗੇ ਅਤੇ ਕਹਿੰਦਾ 3 ਮੁੰਡੇ ਆਏ ਉੱਧਰੋਂ ਅਤੇ ਕਹਿੰਦਾ ਉਹਦੇ ਮੂੰਹ ਦਾ ਰੁਮਾਲ ਬੰਨੇ ਸੀ ਇੰਨਾ, ਕੁੜੀ ਨੂੰ ਕਹਿੰਦਾ ਉਹ ਜਿਗਰੇ ਵਿੱਚ ਲੈ ਗਿਆ, ਕਹਿੰਦਾ ਮੇਰੇ ਵਿੱਚ ਬੇੜਾ ਚੂੜਾ ਮਾਰੀਆਂ, ਉਹਦੇ ਹੱਥ ਹੀ ਖੋਲ੍ਹੇ ਪਿੱਛੇ। ਉਹ ਮੁੰਡੇ ਰਾਜੀਵ ਨੂੰ ਨਹੀਂ ਜਾਣਦੇ ਸੀ ਕਿਹੜੇ? ਉਹ ਜਿਹੜੇ ਮੁੰਡੇ ਨੇ ਬੰਨੇ, ਇਸ ਵਾਰ ਨਹੀਂ ਮੈਂ ਕਹਿ ਸਕਦਾ। ਕਿੰਨੇ ਵਜੇ ਦਾ ਟਾਈਮ ਸੀ? 10 ਵਜੇ ਦਾ। ਅੱਛਾ। ਇਹ ਕਿੰਨੇ ਦੱਸੇ ਆ ਬੰਦੇ ਨੇ, ਕਿੰਨੇ ਮੁੰਡੇ ਸੀ? 3 ਮੁੰਡੇ। ਅੱਛਾ, ਉਹਨੇ ਉਹ ਮੁੰਡੇ ਨੂੰ ਬੰਨ ਲਿਆ? ਨਹੀਂ, ਮੁੰਡੇ ਦੇ ਹੱਥ ਪੈਰ ਬੰਨਤੇ, ਬੇੜਾ ਚੂੜੇ ਦੇ ਵੀ ਮਾਰੀਆਂ, ਕੁੜੀ ਦੇ ਮਾਰੀਆਂ, ਕੁੜੀ ਦੇ ਕਹਿੰਦਾ ਪਰੇ ਲੈ ਗਏ, ਪੈਸੇ ਕਹਿੰਦਾ ਮੁੰਡੇ ਸੀ, ਮੁੰਡੇ ਨੇ ਬਾਜ਼ ਮਾਰੀ, 4-5 ਜਣੇ ਇਕੱਠੇ ਹੋਏ ਫਿਰ ਜਗੀਰੇ 'ਚ ਗਏ, ਕੁੜੀ ਲੰਮੀ ਪਈ ਸੀ, ਬੁਰਾ ਹਾਲ ਸੀ ਉਹਦਾ, ਕੁੜੀ ਲੱਤ ਟੁੱਟੀ ਹੈ। ਰਾਤ ਇੱਕ ਲੜਕੀ ਨਾਲ ਰੇਪ ਹੋਇਆ, ਉਹਦੀ ਮਾਤਾ ਨੇ ਕੰਪਲੇਂਟ ਕੀਤੀ ਸੀਗੀ ਕਿ
ਉਹਦੇ ਤਾਂ ਆਧਾਰ 'ਤੇ ਅਸੀਂ ਪਿੰਡ ਗੜੇ ਜਾ ਕੇ ਆਏ ਹਾਂ, ਮੌਕਾ ਦੇ ਕੇ ਆਏ ਹਾਂ ਅਤੇ ਉਹਦੇ ਵਿੱਚ ਲੜਕੀ ਦਾ ਫਰੈਂਡ ਫੜ ਲਿਆ ਗਿਆ। ਜੋ ਵੀ ਕਾਰਵਾਈ ਜਾਂ ਮੈਡੀਕਲ ਕਰਵਾਉਣ ਤੋਂ ਬਾਅਦ ਜੋ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਕੀ ਲੱਗਦਾ ਗੈਂਗਰੇਪ ਹੈ ਨਾ? ਲੱਗੇ ਇਸੇ ਤਰ੍ਹਾਂ ਹੀ ਰਹਿ ਰਹੀ ਹੈ। ਕੀ ਕਾਰਵਾਈ ਹੈ ਸਰ? ਜੋ ਬਣਦੀ ਕਾਰਵਾਈ ਕਰਾਂਗੇ ਕਾਨੂੰਨ ਮੁਤਾਬਕ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਬੀਤੀ ਦੇਰ ਰਾਤ ਜਲੰਧਰ ਦੇ ਸਟੇਟ ਪ੍ਰੋਟੈਕਟਿਵ ਹੋਮ ਵਿੱਚ ਇੱਕ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਅਧਿਕਾਰਤ ਕਸਟਡੀ ਵਿੱਚ ਹੋਣ ਕਾਰਨ ਅਦਾਲਤ ਦੇ ਮਾਣਯੋਗ ਜੱਜ ਨੇ ਮੌਕੇ 'ਤੇ ਪੁੱਜ ਕੇ ਹਾਲਤ ਦਾ ਜਾਇਜ਼ਾ ਲਿਆ ਅਤੇ ਜੁਡੀਸ਼ੀਅਲ ਜਾਂਚ ਦੇ ਹੁਕਮ ਦਿੱਤੇ। ਜਲੰਧਰ ਦੀ ਗੁਜਾ ਬਸਤੀ ਸਥਿਤ ਸਟੇਟ ਪ੍ਰੋਟੈਕਟਿਵ ਹੋਮ ਵਿੱਚ ਆਤਮ ਹੱਤਿਆ ਕਰਨ ਵਾਲੀ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਮਾਣਯੋਗ ਜੱਜ ਸ਼੍ਰੀ ਗਗਨਦੀਪ ਸਿੰਘ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਆਤਮ ਹੱਤਿਆ ਕਰਨ ਵਾਲੀ ਲੜਕੀ ਦਾ ਨਾਮ ਅਲੀਨਾ ਸੀ ਅਤੇ ਉਹ ਆਸਾਮ ਦੀ ਰਹਿਣ ਵਾਲੀ ਸੀ, ਜਿਸ ਦੀ ਉਮਰ 22 ਸਾਲ ਦੇ ਕਰੀਬ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕੀ ਪੁਲਿਸ ਨੂੰ ਪਠਾਨਕੋਟ ਰੇਲਵੇ ਅੱਡੇ ਤੋਂ 23 ਸਤੰਬਰ 2018 ਨੂੰ ਲਾਵਾਰਸ ਹਾਲਤ ਵਿੱਚ ਮਿਲੀ ਸੀ, ਜਿਸ ਨੂੰ ਜਾਂਚ ਪੜਤਾਲ ਤੋਂ ਬਾਅਦ ਸਟੇਟ ਪ੍ਰੋਟੈਕਟਿਵ ਹੋਮ ਜਲੰਧਰ ਭੇਜ ਦਿੱਤਾ ਸੀ। ਮਾਣਯੋਗ ਜੱਜ ਦੀਆਂ ਹਦਾਇਤਾਂ 'ਤੇ ਪੋਸਟਮਾਰਟਮ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਇੱਕ ਸਾਨੂੰ ਇਤਲਾਹ ਮਿਲੀ ਸੀਗੀ ਕਿ ਜਿਹੜਾ ਸਟੇਟ ਪ੍ਰੋਟੈਕਟਿਵ ਹੋਮ ਹੈਗਾ ਵਾ, ਇੱਥੇ ਇੱਕ ਬੱਚੀ ਨੇ ਜਿਹੜਾ ਹੈਗਾ ਸੁਸਾਈਡ ਕੀਤਾ। ਅਤੇ ਜਿਹੜੀ ਅਲੀਨਾ ਨਾਮ ਦੀ ਬੱਚੀ ਹੈਗੀ ਹੈ, ਬੇਸਿਕਲੀ ਇਹ ਆਸਾਮ ਦੀ ਰਹਿਣ ਵਾਲੀ ਹੈ। ਤਾਂ ਮੌਕੇ ਦੇ ਉੱਤੇ ਸਾਰੇ ਪੁਲਿਸ ਆਫਿਸਰਸ ਅਤੇ ਇੱਕ ਸਟੱਡੀ ਵਿੱਚ ਹੋਣ ਕਰਕੇ ਜੱਜ ਸਾਹਿਬ, ਜੁਡੀਸ਼ੀਅਲ ਮਜਿਸਟਰੇਟ ਸ਼੍ਰੀ ਗਗਨਦੀਪ ਸਿੰਘ ਵੀ ਮੌਕਾ 'ਤੇ ਆਏ ਸੀਗੇ, ਜਿਨ੍ਹਾਂ ਨੇ ਆ ਕੇ ਸਾਰੀ ਮੌਕਾ 'ਤੇ ਆ ਕੇ ਆਪਣੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਹੈ। ਔਰ ਰਾਤ ਉਸ ਬਾਡੀ ਨੂੰ ਉਤਾਰ ਕੇ ਹੈਗੀ ਹੈ, ਜਿਹੜੀ ਕਿ ਪ੍ਰੋਪਰ ਜੋ ਲੀਗਲ ਬਣਦਾ ਸੀ ਉਹਦੇ ਅਕੋਰਡਿੰਗਲੀ ਸਿਵਲ ਹੋਸਪਿਟਲ ਵਿੱਚ ਬਾਡੀ ਨੂੰ ਰਖਾਇਆ ਗਿਆ ਸੀਗਾ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੀ ਹੈਗੀ ਜੁਡੀਸ਼ੀਅਲ ਇਨਕੁਆਇਰੀ ਜੱਜ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਅਤੇ ਹੁਣ ਅਸੀਂ ਉਹਨਾਂ ਲੜਕੀ ਦਾ ਪੋਸਟਮਾਰਟਮ ਕਰਵਾਵਾਂਗੇ, ਉਹਦੀ ਪ੍ਰੋਪਰ ਵੀਡੀਓਗ੍ਰਾਫੀ ਕਰਾਵਾਂਗੇ, ਉਹਦੇ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇ ਵੀ ਕੀ ਹੋਇਆ। ਕਿੱਥੋਂ ਆਈ ਸੀ ਲੜਕੀ? ਇਹ ਇਸ ਤਰ੍ਹਾਂ ਜੀ ਵੀ ਇਹ ਲੜਕੀ ਪਠਾਨਕੋਟ ਪੁਲਿਸ ਨੂੰ ਮਿਲੀ ਸੀਗੀ 23/9/18 ਨੂੰ। 23/9/18 ਨੂੰ ਇਹ SDM ਸਾਹਿਬ ਪਠਾਨਕੋਟ ਦੇ ਹੁਕਮ ਦੇ ਅਕੋਰਡਿੰਗਲੀ ਇਹ ਇੱਥੇ ਆਈ ਸੀ ਲੜਕੀ, ਅਤੇ ਕੱਲ੍ਹ ਈਵਨਿੰਗ ਇਹਨੇ ਜਿਹੜਾ ਹੈਗਾ ਸੁਸਾਈਡ ਕੀਤਾ ਜੀ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ। ਬਠਿੰਡਾ ਸ਼ਹਿਰ ਦੇ ਸਕੂਲੀ ਵੈਨਾਂ ਦੇ ਚਾਲਕਾਂ ਨੂੰ ਆਵਾਜਾਈ ਪ੍ਰਬੰਧਾਂ ਸੰਬੰਧੀ ਦਿੱਤੀਆਂ ਹਦਾਇਤਾਂ ਦੀ ਕੋਈ ਪਰਵਾਹ ਨਹੀਂ। ਵੈਨਾਂ ਦੇ ਚਾਲਕ ਸਕੂਲਾਂ ਦੇ ਬਾਹਰ ਹੀ ਸੜਕਾਂ 'ਤੇ ਇਹਨਾਂ ਨੂੰ ਖੜੀਆਂ ਕਰਕੇ ਰੱਖਦੇ ਹਨ, ਜਿਸ ਨਾਲ ਸੜਕਾਂ 'ਤੇ ਜਾਮ ਲੱਗ ਜਾਂਦਾ ਹੈ। ਬਠਿੰਡਾ ਸ਼ਹਿਰ ਵਿੱਚ ਸਕੂਲਾਂ ਦੀਆਂ ਸੜਕਾਂ 'ਤੇ ਖੜੀਆਂ ਵੈਨਾਂ ਆਵਾਜਾਈ ਪ੍ਰਬੰਧ ਨੂੰ ਵੱਡੀ ਸਮੱਸਿਆ ਦੇ ਰਹੀਆਂ ਹਨ। ਇਹ ਵੈਨਾਂ ਕਾਰਨ ਸੜਕਾਂ 'ਤੇ ਜਾਮ ਲੱਗ ਜਾਂਦੇ ਹਨ। ਬਠਿੰਡਾ ਟ੍ਰੈਫਿਕ ਪੁਲਿਸ ਨੇ ਸਕੂਲਾਂ ਦੇ ਪ੍ਰਬੰਧਕਾਂ ਅਤੇ ਵੈਨਾਂ ਦੇ ਚਾਲਕਾਂ ਨੂੰ ਇੱਕ ਵਾਰ ਫਿਰ ਹਦਾਇਤ ਦਿੰਦਿਆਂ ਕਿਹਾ ਕਿ ਸਕੂਲੀ ਵੈਨਾਂ ਲਈ ਸੰਸਥਾ ਪਾਰਕਿੰਗ ਦਾ ਪ੍ਰਬੰਧ ਕਰਨ। ਟ੍ਰੈਫਿਕ ਪੁਲਿਸ ਨੇ ਕਿਹਾ ਕਿ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਹ ਵੈਨਾਂ ਦਾ ਚਲਾਨ ਕੱਟਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਟ੍ਰੈਫਿਕ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਅਜਿਹਾ ਸੜਕ ਜਾਮ ਤੋਂ ਬਚਣ ਲਈ ਜ਼ਰੂਰੀ ਹੈ। ਸਕੂਲਾਂ ਵਾਲਿਆਂ ਵਾਸਤੇ ਅਸੀਂ ਪਹਿਲਾਂ ਇੱਕ ਉਹਨਾਂ ਨੂੰ ਲੈਟਰ ਵੀ ਕੱਢੇ ਹੋਏ ਆ ਵੀ ਜਿਹੜੀ ਆਪਦੀ ਪਾਰਕਿੰਗ ਦਾ ਆਪ ਅਰੇਂਜਮੈਂਟ ਕਰਨਗੇ ਉਹ, ਔਰ ਜਿਹੜੀਆਂ ਵੀ ਬੱਸਾਂ ਜਾਂ ਸਕੂਲ ਵੈਨਾਂ ਉਹ ਆਪਦੀ ਪਾਰਕਿੰਗ ਦੇ ਅੰਦਰ ਲਓ। ਦੂਸਰਾ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਹੋਇਆ ਵੀ ਜਿਹੜੇ ਬੱਚੇ ਚੜਾਉਣੇ ਆ ਉਹ ਸਕੂਲ ਦੇ ਜਿਹੜੀਆਂ ਵੈਨਾਂ ਉਹ ਅੰਦਰ ਹੋਣ, ਜਿਹੜੀ ਕੋਈ ਦੁਰਘਟਨਾ ਨਾ ਵਾਪਰ ਸਕੇ। ਸਰ, ਕੋਈ ਡਰਾਈਵਰ ਵੀ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਦੀ ਵੀ ਨਹੀਂ ਹੁੰਦੇ, ਲਾਇਸੈਂਸ ਵੀ ਨਹੀਂ ਹੁੰਦੇ, ਕਈਆਂ ਦੀ ਉਮਰ ਥੋੜ੍ਹੀ ਹੋਣ ਕਰਕੇ ਜਾਂ ਲਾਇਸੈਂਸ ਨਹੀਂ ਅਪਲਾਈ ਕੀਤਾ ਹੁੰਦਾ, ਉਹ ਕਹਿੰਦੇ ਲਾਇਸੈਂਸ ਹੀ ਅਪਲਾਈ ਕੀਤਾ ਹੋਇਆਗਾ। ਉਹਦੇ ਖਿਲਾਫ ਉਹਦੀ ਸਹੀ ਵਰਤੋਂ ਨਹੀਂ ਕਰਦਾ ਜਾਂ ਉਹਦੀ ਆਈ ਵੀਕ ਹੈ ਜਾਂ ਕੁਛ ਹੋਰ ਹੈ, ਉਹਦੇ ਸੰਬੰਧੀ ਅਸੀਂ ਉਹਨਾਂ ਨੂੰ ਹਦਾਇਤਾਂ ਵੀ ਕਰਦੇ ਹਾਂ, ਸਕੂਲ ਨੂੰ ਵੀ ਹਦਾਇਤਾਂ ਕਰਦੇ ਹਾਂ ਵੀ ਇਹਨਾਂ ਦੇ ਜਿਹੜੇ
ਸਾਲਾਨਾ ਜਾਂ ਕੋਈ ਸਾਲ ਬਾਅਦ ਇਹਨਾਂ ਦਾ ਚੈੱਕਅਪ ਕਰਵਾਇਆ ਜਾਵੇ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ। ਪੰਜਾਬ ਦੇ ਘੱਟ ਜ਼ਮੀਨ ਵਾਲੇ ਕਿਸਾਨਾਂ ਸਿਰ ਚੜਿਆ ਕਰਜ਼ਾ ਉਹਨਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ। ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਕਰਜ਼ਾਈ ਕਿਸਾਨ ਨੇ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਇੱਕ 40 ਸਾਲਾ ਕਿਸਾਨ ਜੋਗਿੰਦਰ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ। ਮਹਿਜ਼ 2 ਏਕੜ ਦੇ ਮਾਲਕ ਕਿਸਾਨ ਦੀ 1 ਏਕੜ ਜ਼ਮੀਨ ਕਰਜ਼ੇ ਕਾਰਨ ਵਿਕ ਚੁੱਕੀ ਸੀ ਅਤੇ ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਜ਼ਮੀਨ ਵੇਚਣ ਅਤੇ ਦਿਹਾੜੀ ਕਰਨ ਦੇ ਬਾਵਜੂਦ ਵੀ ਕਿਸਾਨ ਦਾ ਕਰਜ਼ਾ ਨਾ ਉਤਰਿਆ ਤਾਂ ਉਸਨੇ ਆਪਣੀ ਜਾਨ ਦੇ ਦਿੱਤੀ। ਕਿਸਾਨ ਆਗੂ ਦਰਸ਼ਨ ਸਿੰਘ ਨੇ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਤੁਰੰਤ ਮਾਫ਼ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰਿਤ ਉਹ ਕਾਰਵਾਈ ਕਰ ਰਹੇ ਹਨ। ਘਰ ਦੇ ਕਮਜ਼ੋਰ ਹੋਣ ਦੇ ਕਾਰਨ ਇਹ ਬੰਦਾ ਸੁਸਾਈਡ ਕਰ ਗਿਆ ਅਤੇ ਇਹ 3 ਦੇ ਬੇਟੀਆਂ ਨੇ, ਇੱਕ ਇਹਦਾ ਬੇਟਾ ਹੈ, 2 ਇੱਕ ਬਾਪ ਹੈ, ਇੱਕ ਮਾਤਾ ਗਈ, 5 ਜੀ ਘਰ ਦੇ ਪਿੱਛੇ ਛੱਡ ਕੇ ਇਹ ਚੱਲਿਆ ਗਿਆ। ਕਾਰਨ ਤਾਂ ਜੀ ਆਰਥਿਕ ਤੰਗੀ ਸੀਗੀ ਘਰ ਦੇ ਵਿੱਚ, ਜ਼ਿਆਦਾ ਕਰਜ਼ਾ ਸੀ, ਸਿਰ ਕਰਜ਼ਾ ਚੜ੍ਹ ਗਿਆ ਅਤੇ ਫੈਕਟਰੀ ਦੇ ਵਿੱਚ ਨੌਕਰੀ ਕਰਦਾ ਸੀਗਾ, ਉੱਥੋਂ ਗੁਜ਼ਾਰਾ ਪੂਰਾ ਨਹੀਂ ਸੀ ਹੁੰਦਾ। 1 ਕਿੱਲਾ ਜ਼ਮੀਨ ਪਹਿਲਾਂ ਸੀਗੀ, ਉਹ ਵੇਚ ਚੁੱਕਿਆ ਸੀਗਾ, ਵੇਚ ਕੇ ਉਹਨੇ ਕਰਜ਼ਾ ਲਾਉਣ ਦੀਆਂ ਕੋਸ਼ਿਸ਼ਾਂ ਬਹੁਤ ਕੀਤੀਆਂ ਪਰ ਘਰ ਦੀ ਸੈਟਿੰਗ ਹਿੱਲੀ ਹੋਣ ਕਾਰਨ ਸੈੱਟ ਨਹੀਂ ਹੋਇਆ ਕੰਮ। 40 ਸਾਲ ਦੀ ਉਮਰ ਕਰੀਬ ਸੀਗੀ ਜੀ, ਆਤਮ ਹੱਤਿਆ ਜੀ, ਬਸ ਘਰ ਆਪਦੇ ਕੋਈ ਜ਼ਹਿਰੀਲੀ ਚੀਜ਼ ਖਾ ਗਿਆ ਜੀ। ਜੋਗਿੰਦਰ ਸਿੰਘ ਹੈ ਜੀ, ਉਮਰ ਇਹਦੀ ਕਰੀਬ ਹੈਗੀ 40 ਸਾਲ, ਥਾਂ ਫੰਬੇਲਾ ਸਿੰਘ, ਪਿੰਡ ਚੀਮਿਆਂ ਦਾ ਰਹਿਣ ਵਾਲਾ ਜੀ ਇਹ। ਇਹਦੀ ਪਤਨੀ ਨੇ ਬਿਆਨ ਲਿਖਾਇਆ ਵੀ ਜਿਹੜਾ ਹੈਗਾ ਇਹਨਾਂ ਕੋਲ 1 ਕਿੱਲਾ ਜ਼ਮੀਨ ਸੀ, ਇਹਨਾਂ ਦੇ 4 ਬੱਚੇ ਨੇ ਜਿਹਦੇ ਕਰਕੇ ਇਹਨਾਂ ਦਾ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਨਾਲ ਚੱਲਦਾ ਸੀਗਾ ਅਤੇ ਉਸ ਕਰਕੇ ਜੋਗਿੰਦਰ ਸਿੰਘ ਜਿਹੜਾ ਹੈਗਾ ਦਿਮਾਗੀ ਤੌਰ 'ਤੇ ਕਾਫੀ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਰਕੇ ਜਿਹੜਾ ਹੈਗਾ ਉਹਨੇ ਕੋਈ ਨਸ਼ੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਬਰਨਾਲਾ ਦੇ ਮਿੰਨੀ ਸੈਕਟਰੀਏਟ ਵਿੱਚ ਦਿਨ ਦਿਹਾੜੇ ਗੋਲੀ ਚੱਲ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਦੋਸ਼ੀ ਨੌਜਵਾਨ ਪਿਸਤੌਲ ਸਮੇਤ ਫਰਾਰ ਹੋ ਗਏ। ਪੁਲਿਸ CCTV ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਬਰਨਾਲਾ ਦੇ ਮਿੰਨੀ ਸੈਕਟਰੀਏਟ ਵਿੱਚ ਗੋਲੀ ਚੱਲਣ ਕਾਰਨ ਸਹਿਮ ਦਾ ਮਾਹੌਲ ਬਣ ਗਿਆ। ਇਹ ਗੋਲੀ ਉੱਥੇ ਕੰਮ ਕਰ ਰਹੇ ਲੋਕਾਂ ਦੇ ਕੋਲੋਂ ਦੀ ਲੰਘ ਕੇ ਸਿੱਧੀ ਕੰਧ ਵਿੱਚ ਜਾ ਵੱਜੀ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਗੋਲੀ ਚੱਲਣ ਦੇ ਤੁਰੰਤ ਬਾਅਦ 2 ਨੌਜਵਾਨ ਬਹੁਤ ਜਲਦੀ ਨਾਲ ਆਪਣਾ ਪਿਸਤੌਲ ਚੱਕ ਕੇ ਜੇਬ ਵਿੱਚ ਪਾ ਕੇ ਬਾਹਰ ਵੱਲ ਭੱਜ ਨਿਕਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਗੋਲੀ ਇਹਨਾਂ ਨੌਜਵਾਨਾਂ ਤੋਂ ਹੀ ਚੱਲੀ ਜੋ ਪਿਸਤੌਲ ਸਮੇਤ ਭੱਜ ਗਏ। ਫਰਾਰ ਨੌਜਵਾਨਾਂ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਸਥਾਨ 'ਤੇ ਪੁੱਜੇ DSP ਨੇ ਦੱਸਿਆ ਕਿ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਆਪਣੇ ਕੋਰਟ ਕੰਪਲੈਕਸ ਕੰਨੀਓ ਆਏ ਅਤੇ ਇੱਥੇ ਆ ਕੇ ਉਹਨਾਂ ਦਾ ਰਿਵਾਲਵਰ ਡਿੱਗਿਆ ਵੀਰੇ, ਰਿਵਾਲਵਰ ਡਿੱਗਣ ਸਾਰ ਗੋਲੀ ਚੱਲੀ ਆ ਅਤੇ ਉੱਧਰੋਂ ਉਹ ਰਿਵਾਲਵਰ ਚੱਕ ਕੇ ਆਪਣਾ DC ਕੰਪਲੈਕਸ ਕੰਨੀ ਚਲੇ ਗਏ। ਉਹ ਮੇਰੇ ਖਿਆਲ 'ਚ 2 ਜਣੇ ਸੀਗੇ, ਲੰਮੇ ਜਿਹੇ ਮੁੰਡੇ ਸੀਗੇ। ਹਾਂ, ਰਿਵਾਲਵਰ ਕਾਲੇ ਕਲਰ ਦਾ ਸੀਗਾ। ਨਹੀਂ ਨਹੀਂ, ਕੋਈ ਕੁਛ ਨਹੀਂ ਬੋਲੇ ਵੀਰੇ, ਰਿਵਾਲਵਰ ਚੱਕਿਆ ਅਤੇ ਚੱਲਦੇ ਬਣੇ। ਇਹ ਜਿੱਥੇ ਵਕੀਲਾਂ ਦੇ ਚੈਂਬਰ ਨੇ ਸਾਨੂੰ ਪਤਾ ਲੱਗਿਆ ਵੀ ਉੱਥੇ ਕੋਈ ਅਨਆਡੈਂਟੀਫਾਈਡ ਬੰਦਾ ਕੋਈ ਜਾ ਰਿਹਾ ਸੀਗਾ, ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਉਹਦੇ ਡੱਬੇ 'ਚ ਪਿਸਤੌਲ ਸੀ, ਉਹ ਗਿਰ ਕੇ ਗੋਲੀ ਚੱਲ ਕੇ ਉੱਪਰ ਲੱਗੀ, ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਫਿਰ ਵੀ ਅਸੀਂ ਉਹਦੀ ਜਾਂਚ ਕਰ ਰਹੇ ਹਾਂ ਵੀ ਕੌਣ ਹੈ ਬੰਦਾ। ਫਿਲਹਾਲ ਇੱਕ ਬੰਦਾ ਟਰੇਸ ਆਊਟ ਹੋਇਆ, ਅਸੀਂ ਉਹਨੂੰ ਟਰੇਸ ਕਰ ਰਹੇ ਹਾਂ ਵੀ ਉਹਦੇ ਕੋਲ ਰਿਵੋਲਵਰ ਕਿਹੜਾ ਸੀਗਾ, ਕਿਹੜਾ ਉਹਦਾ ਪਤਾ ਕਰ। ਬੈਠਾ ਉਹਦਾ ਕੰਮ ਕਰ ਰਿਹਾ ਸੀਗਾ ਜੀ, ਅੰਦਰੋਂ ਮੈਂ ਫਾਰਮ ਲੈਣ ਗਿਆ, ਆ ਕੇ ਮੈਂ ਬੈਠਣ ਹੀ ਬੈਠਾ ਕੁਰਸੀ 'ਤੇ, ਨਾਲ ਦੀ ਨਾਲ
ਪੜਾਕਾ ਪਿਆ ਪੂਰਾ ਜ਼ੋਰ ਦੇ ਜੀ। ਅਸੀਂ ਆਖਿਆ ਵੀ ਕਿਤੇ ਟਾਇਰ ਵਗੈਰਾ ਫਟਿਆ ਗਾ, ਪਰ ਜਦੋਂ ਅਸੀਂ ਉੱਧਰ ਚੱਕ ਕੇ, ਮੇਰੇ ਨਾਲ ਮੁੰਡਾ ਬੈਠਾ ਸੀਗਾ ਮਿੰਟੂ, ਤਾਂ ਉਹ ਦੇਖਿਆ ਤਾਂ ਔਰ ਵਾਰ ਵਾਰ ਚੱਕ ਰਿਹਾ ਸੀਗਾ ਜੀ। ਚੱਕ ਕੇ ਉਹਨੂੰ ਡੱਬ 'ਚ ਟੰਗਿਆ ਅਤੇ ਅੱਗੇ DC ਦਫ਼ਤਰ SDM ਦਫ਼ਤਰ ਕਰੀ ਨੂੰ ਚਲੇ ਗਏ ਜੀ। ਕੋਰਟ ਵਾਲੇ ਪਾਸੋਂ ਆਏ ਸੀ। ਦੋ ਜਾਣੇ ਸੀਗੇ ਜੀ, ਮੈਂ ਤਾਂ ਇੱਕ ਦੇਖਿਆ ਜਿਹੜਾ ਟੰਗਦਾ ਸੀਗਾ, ਇੱਕ ਨਾਲ ਉਹਦੇ ਹੋਰ ਸੀਗਾ ਜੀ, ਕਿਉਂਕਿ ਅਸੀਂ ਘਬਰਾ ਗਏ। ਉਦੋਂ ਬਾਅਦ ਜਦੋਂ ਪਤਾ ਲੱਗਿਆ ਵੀ ਰਿਵਾਲਵਰ ਸੀਗਾ, ਰਿਵਾਲਵਰ ਉਹਨਾਂ ਨੇ ਥੱਲਿਓਂ ਚੱਕਿਆ, ਡੱਬ 'ਚ ਟੰਗਿਆ ਅਤੇ ਨਾਲ ਦੀ ਨਾਲ ਉਹ ਆਪਦਾ ਅੱਗੇ ਨੂੰ ਵੱਧ ਗਏ ਜੀ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਫਿਲਹਾਲ ਦੇ ਲਈ ਇੰਨਾ ਹੀ। ਤਾਜ਼ਾਤਰੀਨ ਜਾਣਕਾਰੀ ਦੇ ਲਈ ਜੁੜੇ ਰਹੋ CC ਨਵਾਜ਼ ਦੇ ਨਾਲ, ਅਤੇ ਜੇਕਰ ਤੁਸੀਂ ਵੀ ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਥੱਲੜੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਗਲੇਰੀ ਜਾਣਕਾਰੀ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।